ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਹਿਲਾਂ ਝੋਣਵੀਆਂ ਖਬਰਾਂ। ਸੁਸ਼ਮਾ ਕੈਪਟਨ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਨੇ ਸੱਦਾ ਦਿੱਤਾ। ਕਰਤਾਰਪੁਰ ਕੋਰੀਡੋਰ ਨੀਂਹ ਪੱਥਰ ਸਮਾਗਮ ਵਿੱਚ ਭਾਰਤ ਵੱਲੋਂ ਸ਼ਾਮਲ ਹੋਣਗੇ ਪੁਰੀ ਅਤੇ ਹਰਸਿਮਰਤ ਕੌਰ। ਕੋਵਿੰਦ ਵਿਦੇਸ਼ ਦੌਰੇ ਤੇ, ਨਾਇਡੂ ਆਉਣਗੇ ਨੀਂਹ ਪੱਥਰ ਸਮਾਗਮ ਮੌਕੇ। ਨਨਕਾਣਾ ਸਾਹਿਬ ਗੁਰਦੁਆਰਾ ਨੂੰ ਛੇਵਾਂ ਤਖ਼ਤ ਬਣਾਉਣ ਦੀ ਮੰਗ ਤੇ ਵਿਵਾਦ। ਦਿੱਲੀ ਅਕਾਲੀ ਦਲ ਨੇ ਮਤਾ ਪਾਸ ਕਰਵਾਇਆ। ਦਮਦਮੀ ਟਕਸਾਲ ਨੇ ਆਖਿਆ ਸਰਨਾ ਭਰਾ ਪੰਚ ਪ੍ਰਧਾਨੀ ਪ੍ਰਣਾਲੀ ਤੇ ਕਰ ਰਹੇ ਨੇ ਚੋਟ। ਪੰਜਾਬ ਦੇ DGP ਸੁਰੇਸ਼ ਅਰੋੜਾ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਗ੍ਰਨੇਡ ਹਮਲਾ ਦੂਜਾ ਸਾਜਿਸ਼ਕਰਤਾ ਅਵਤਾਰ ਸਿੰਘ ਵੀ ਕਾਬੂ। ਹਮਲੇ ਦੀਆਂ ਤਾਰਾਂ ISI ਦੀ ਸ਼ਹਿ ਪ੍ਰਾਪਤ ਹਰਮੀਤ ਸਿੰਘ ਹੈਪੀ ਨਾਲ ਜੁੜੀਆਂ। ਬਰਗਾੜੀ ਵਿੱਚ ਧਾਰਮਿਕ ਸਮਾਗਮ ਅੱਜ, ਸਖ਼ਤ ਸੁਰੱਖਿਆ ਪ੍ਰਬੰਧ। ਸੁਖਪਾਲ ਖਹਿਰਾ ਬਰਗਾੜੀ ਸਮਾਗਮ ਵਿੱਚ ਨਹੀਂ ਹੋਣਗੇ ਸ਼ਾਮਲ। ਗੁਰਜੀਤ ਸੇਖੋਂ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ। ਸੁਖਪਾਲ ਖਹਿਰਾ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਸੰਭਾਵਨਾ। ਮੈਰੀ ਕੌਮ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਵਿੱਚ ਮੈਰੀ ਦਾ ਚੰਗਾ ਪ੍ਰਦਰਸ਼ਨ। ਹੁਣ ਖ਼ਬਰਾਂ ਦੀ ਵਿਸਥਾਰ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਕੋਟਪੁਰਾ ਤੇ ਬੈਬਲ ਕਲਾਂ ਵਿੱਚ ਪੁਲਿਸ ਫਾਇਰਿੰਗ ਦੀ ਜਾਂਚ ਕਰ ਰਹੀ। ਵਿਸ਼ੇਸ਼ ਜਾਂਚ ਟੀਮ ਹੁਣ ਤੱਕ ਇਹ ਪਤਾ ਨਹੀਂ ਲਾ ਸਕੀ ਕਿ ਸ਼ਰਧਾਲੂਆਂ ਤੇ ਗੋਲੀ ਚਲਾਉਣ ਦਾ ਹੁਕਮ ਕਿਸ ਅਧਿਕਾਰੀ ਜਾਂ ਮੰਤਰੀ ਨੇ ਦਿੱਤਾ ਸੀ। ਇਸੇ ਸੰਬੰਧ ਵਿੱਚ SIT ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਤੋਂ ਕੀਤੀ ਗਈ ਪੁੱਛਗਿੱਛ ਵਿੱਚ ਕੁਝ ਵੀ ਹਾਸਲ ਨਹੀਂ ਹੋ ਸਕਿਆ। ਉਧਰ ਬੇਅਦਬੀ ਮਾਮਲੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਦੋਸ਼ੀ ਠਹਿਰਾਏ ਗਏ ਸਾਬਕਾ SSP ਚਰਨਜੀਤ ਸ਼ਰਮਾ ਸਣੇ ਹੋਰਨਾਂ ਦੀ ਪਟੀਸ਼ਨ ਤੇ ਕੱਲ੍ਹ ਸੁਣਵਾਈ ਹੋਈ। ਬੈਬਲ ਕਲਾਂ ਵਿੱਚ ਸਾਲ 2015 ਵਿੱਚ ਪੁਲਿਸ ਦੀ ਗੋਲੀ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਨੇ ਵੀ ਹਾਈਕੋਰਟ ਵਿੱਚ ਅਰਜੀ ਦਾਇਰ ਕਰਕੇ ਮਾਮਲੇ ਵਿੱਚ ਧਿਰ ਬਣਨ ਦੀ ਮੰਗ ਕੀਤੀ ਸੀ। ਹਾਈਕੋਰਟ ਨੇ ਇਸ ਅਰਜੀ ਤੋਂ ਪਹਿਲਾਂ ਦਾਇਰ ਪਟੀਸ਼ਨ ਦੇ ਨਾਲ ਹੀ 10 ਦਸੰਬਰ ਨੂੰ ਸੁਣਵਾਈ ਕਰਨ ਦੇ ਹੁਕਮ ਦਿੰਦਿਆਂ ਸੁਣਵਾਈ ਮੁਲਤਵੀ ਕਰ ਦਿੱਤੀ। SIT ਨੇ ਛੇਤੀ ਹੀ ਉਸ ਸਮੇਂ ਦੇ DGP ਸਮੇਤ ਸੈਣੀ ਤੋਂ ਪੁੱਛਗਿੱਛ ਲਈ ਸੰਮਣ ਕਰਨ ਦਾ ਮਨ ਬਣਾਇਆ। ਘਟਨਾ ਦੇ ਸਮੇਂ ਉਸ ਸਮੇਂ ਦੇ ਮੁੱਖ ਮੰਤਰੀ ਨੇ DGP ਨਾਲ ਦੇਰ ਰਾਤ ਤੱਕ ਟੈਲੀਫੋਨ ਦੇ ਜ਼ਰੀਏ ਸੰਪਰਕ ਸਾਧਿਆ ਸੀ। ਦੂਜੇ ਪੁਲਿਸ ਕਿਸੇ ਆਲਾ ਅਧਿਕਾਰੀ ਦੇ ਹੁਕਮ ਤੋਂ ਬਿਨਾਂ ਲੋਕਾਂ ਦੇ ਫਾਇਰਿੰਗ ਦਾ ਫੈਸਲਾ ਨਹੀਂ ਲੈ ਸਕਦੀ। SIT ਦੇ ਅਫਸਰਾਂ ਨੇ ਕੁਝ ਵੀ ਸਾਫ਼ ਕਹਿਣ ਤੋਂ ਬਚਦਿਆਂ ਇਹ ਸੰਕੇਤ ਦਿੱਤਾ ਕਿ ਹੁਣ ਸਾਬਕਾ DGP ਇਸ ਮਾਮਲੇ ਵਿੱਚ ਆਖਰੀ ਕੜੀ ਨੇ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਤੋਂ ਅੱਡੋ ਅੱਡ ਪੁੱਛਗਿੱਛ ਕਰਨ ਤੋਂ ਬਾਅਦ SIT ਇਹ ਨਹੀਂ ਲੱਭ ਸਕੀ ਕਿ ਕੋਟਪੁਰਾ ਤੇ ਬੈਬਲ ਕਲਾਂ ਵਿੱਚ ਪੁਲਿਸ ਦੀ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ। ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਗੋਲੀ ਚਲਾਉਣ ਦੇ ਹੁਕਮ ਦੇਣ ਤੋਂ ਸਪਸ਼ਟ ਇਨਕਾਰ ਕੀਤਾ। ਸੁਖਬੀਰ ਬਾਦਲ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਘਟਨਾ ਸਮੇਂ ਸੂਬੇ ਤੋਂ ਬਾਹਰ ਸਨ। ਅਜੇ ਵਿੱਚ SIT ਦੇ ਸਾਹਮਣੇ ਹੁਣ ਕੇਵਲ ਇੱਕੋ ਚਿਹਰਾ ਬਾਕੀ ਹੈ ਜਿਸ ਤੋਂ ਇਹ ਜਾਣਕਾਰੀ ਮਿਲ ਸਕਦੀ ਹੈ ਕਿ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹੇ ਜਾਣ ਲਈ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਪਹਿਲ ਦੀ ਸ਼ਲਾਘਾ ਕੀਤੀ ਹੈ। ਹਾਲਾਂਕਿ ਇਸ ਦੇ ਨਾਲ ਉਨ੍ਹਾਂ ਇਹ ਵੀ ਆਖਿਆ ਕਿ ਇਸ ਟੀਚੇ ਨੂੰ ਹਾਸਲ ਕਰਨ ਤੋਂ ਪਹਿਲਾਂ ਹੁਣ ਕਈ ਦਿੱਕਤਾਂ ਨੂੰ ਪਾਰ ਕਰਨਾ ਹੋਏਗਾ। ਉਨ੍ਹਾਂ ਦਾ ਕਹਿਣਾ ਕਿ ਅਸੀਂ ਕਈ ਦਿੱਕਤਾਂ ਤੇ ਇਨ੍ਹਾਂ ਅੜਚਣਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਲੇਕਿਨ ਕੋਈ ਵੀ ਸ਼ੁਰੂਆਤ ਚੰਗੀ ਹੁੰਦੀ ਹੈ ਤੇ ਇਹ ਉਮੀਦ ਉਨ੍ਹਾਂ ਆਖਿਆ ਕਿ ਸਫਲ ਹੁੰਦੀ ਹੈ। ਸੂਬਾ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਪ੍ਰਤੀ ਆਪਣਾ ਪ੍ਰੇਮ ਇੱਕ ਵਾਰ ਫਿਰ ਦਰਸਾਇਆ ਹੈ। ਸਿੱਧੂ ਨੇ ਇਮਰਾਨ ਨੂੰ ਜਾਂਚਿਆ ਪਰਖਿਆ ਤੇ ਖਰਾ ਇਨਸਾਨ ਕਰਾਰ ਦਿੱਤਾ ਹੈ। ਉਹ ਮੱਧ ਪ੍ਰਦੇਸ਼ ਵਿੱਚ ਕਾਂਗਰਸ ਲਈ ਪ੍ਰਚਾਰ ਕਰਦਿਆਂ ਇੱਕ ਸਭਾ ਵਿੱਚ ਬੋਲ ਰਹੇ ਸਨ। ਭਾਰਤ ਵੱਲੋਂ ਕਰਤਾਰਪੁਰ ਗਲਿਆਰੇ ਦੀ ਨੀਂਹ ਪੱਥਰ ਗੁਰਦਾਸਪੁਰ ਦੇ ਮਾਨ ਪਿੰਡ ਵਿੱਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਰੱਖਣਗੇ। 26 ਨਵੰਬਰ ਨੂੰ ਹੋਣ ਵਾਲੇ ਸਮਾਗਮ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨ ਦੇ ਪੰਜਾਬ ਦੇ ਸਪੀਕਰ ਚੌਧਰੀ ਪਰਵੇਜ਼ ਇਲਾਹੀ ਨੂੰ ਸੱਦਾ ਭੇਜਿਆ ਗਿਆ ਹੈ। ਡਾਕਟਰ ਮਨਮੋਹਨ ਸਿੰਘ ਨੇ ਆਖਿਆ ਕਿ ਸਿਆਸੀ ਪਾਰਟੀਆਂ ਆਪਣੇ ਸੌੜੇ ਹਿੱਤਾਂ ਖਾਤਰ ਧਰਮ ਜਾਤ ਅਤੇ ਹੋਰ ਅਜਿਹੇ ਮੁੱਦਿਆਂ ਨੂੰ ਉਭਾਰਦੀਆਂ ਤਾਂ ਜੋ ਸੱਤਾ ਤੇ ਕਬਜ਼ਾ ਕੀਤਾ ਜਾ ਸਕੇ। ਇਸ ਨਾਲ ਨਫ਼
ਨਫ਼ਰਤ ਅਤੇ ਵੱਡੀਆਂ ਪੈਣ ਵਾਲਾ ਮਾਹੌਲ ਬਣ ਜਾਂਦਾ ਹੈ। ਉਹਨਾਂ ਆਖਿਆ ਕਿ ਅਜਿਹੇ ਮਾਹੌਲ ਤੋਂ ਸਾਨੂੰ ਬਚਣਾ ਹੋਏਗਾ। ਪਾਕਿਸਤਾਨ ਵੱਲੋਂ ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਜਾਣਗੇ। ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ 28 ਨਵੰਬਰ ਨੂੰ ਇਸ ਦਾ ਉਦਘਾਟਨ ਕਰਨਗੇ। ਇਸਲਾਮਾਬਾਦ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਨੂੰ ਸੱਦਾ ਪੱਤਰ ਭੇਜਿਆ ਗਿਆ। ਇਹ ਜਾਣਕਾਰੀ ਖੁਦ ਪਾਕਿਸਤਾਨ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਕੱਲ ਦਿੱਤੀ। ਪਾਕਿਸਤਾਨ ਦੇ ਸੱਦੇ ਤੇ ਵਿਦੇਸ਼ ਮੰਤਰਾਲੇ ਨੇ ਆਪਣਾ ਪੱਖ ਰੱਖਿਆ। ਸੁਸ਼ਮਾ ਦੇ ਸੱਦੇ ਲਈ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਉਹਨਾਂ ਦੀ ਜਗ੍ਹਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਭਾਰਤ ਸਰਕਾਰ ਦੀ ਨੁਮਾਇੰਦਗੀ ਕਰਨਗੇ। ਡੇਰਾ ਬਾਬਾ ਨਾਨਕ ਵਿੱਚ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਕੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਨੇ। 26 ਨਵੰਬਰ ਨੂੰ ਲੋਕਾਂ ਦੀ ਆਵਾਜਾਈ ਤੇ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਏਗਾ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨੀਂਹ ਪੱਥਰ ਰੱਖਣ ਵਾਸਤੇ ਡੇਰਾ ਬਾਬਾ ਨਾਨਕ ਵਿਖੇ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ। ਉਧਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਨੇ ਕੇਂਦਰ ਤੇ ਸੂਬਾ ਸਰਕਾਰਾਂ ਕੋਲੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿਸਤਾਨ ਸਰਹੱਦ ਤੱਕ ਬਣਨ ਵਾਲੀ ਸੜਕ ਦਾ ਨਾਂ ਜਹਿਦਰ ਕੁਲਦੀਪ ਸਿੰਘ ਵਡਾਲਾ ਤੇ ਨਾਂ ਰੱਖਿਆ ਜਾਵੇ। ਇਸ ਗੱਲ ਤੇ ਰੋਸ ਪ੍ਰਗਟਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਮੰਚ ਤੋਂ ਕਰਤਾਰਪੁਰ ਲਾਂਘੇ ਲਈ ਜਹਿਦਰ ਕੁਲਦੀਪ ਸਿੰਘ ਵਡਾਲਾ ਵੱਲੋਂ 18 ਸਾਲ ਦੇ ਪਾਏ ਗਏ ਯੋਗਦਾਨ ਦਾ ਜ਼ਿਕਰ ਤੱਕ ਨਹੀਂ ਕਰ ਰਿਹਾ, ਜਦਕਿ ਉਹਨਾਂ ਨੇ ਪਾਕਿਸਤਾਨ ਸਰਕਾਰ ਕੋਲੋਂ ਗੁਰਦੁਆਰਾ ਸਾਹਿਬ ਦੇ ਨਾਂ ਤੇ 10 ਏਕੜ ਜ਼ਮੀਨ ਲਗਵਾ ਕੇ ਦਿੱਤੀ ਸੀ। ਜਥੇਬੰਦੀ ਦੇ ਮੁਖੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਉਹਨਾਂ ਦੇ ਪਿਤਾ ਜਹਿਦਰ ਵਡਾਲਾ ਵੱਲੋਂ ਬਣਾਈ ਗਈ ਇਹ ਸੰਸਥਾ ਗੈਰ ਰਾਜਨੀਤਿਕ ਤੌਰ ਤੇ ਵਿਚਰਦੀ ਰਹੀ ਹੈ ਤੇ ਸਨ 2000 ਤੋਂ ਲੈ ਕੇ ਵਿਸਾਖੀ ਤੱਕ ਆਖਰੀ ਸਾਹ ਤੱਕ 18 ਸਾਲ ਹਰ ਮੱਸਿਆ ਤੇ ਕਰਤਾਰਪੁਰ ਲਾਂਘੇ ਲਈ ਡੇਰਾ ਬਾਬਾ ਨਾਨਕ ਜਾ ਕੇ 208 ਵਾਰ ਅਰਦਾਸ ਕੀਤੀ। ਵਡਾਲਾ ਨੇ ਆਖਿਆ ਕਿ ਕਰਤਾਰਪੁਰ ਲਾਂਘੇ ਲਈ ਜਿਹੜਾ ਵੀ ਧਿਰਾਂ ਨੇ ਯੋਗਦਾਨ ਪਾਇਆ ਉਹਨਾਂ ਸਾਰਿਆਂ ਦੀ ਇਹ ਸ਼ਲਾਘਾ ਕਰਦੇ ਹੈ, ਪਰ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿੱਚ ਕਾਫੀ ਲੰਬੇ ਅਰਸੇ ਬਾਅਦ ਸਾਹਮਣੇ ਆਏ ਨੇ। ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਲਈ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਦੇ ਬੈਨਰ ਹੇਠਾਂ ਸੰਘਰਸ਼ ਕਰਨ ਵਾਲੇ ਟਕਸਾਲੀ ਅਕਾਲੀ ਆਗੂ ਮਰਹੂਮ ਕੁਲਦੀਪ ਸਿੰਘ ਵਡਾਲਾ ਨੂੰ 2008 ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਬੁਲਾ ਕੇ ਉਸ ਸਮੇਂ ਕਮਰੇ ਵਿੱਚ ਬੰਦ ਕਰਵਾ ਦਿੱਤਾ ਸੀ ਜਦੋਂ ਤਤਕਾਲੀ ਵਿਦੇਸ਼ ਮੰਤਰੀ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਦੇ ਸੰਬੰਧ ਵਿੱਚ ਡੇਰਾ ਬਾਬਾ ਨਾਨਕ ਸਰਹੱਦ ਤੇ ਮੌਕਾ ਦੇਖਣ ਆਏ ਸਨ। ਸੰਸਥਾ ਦੀ 21 ਮੈਂਬਰੀ ਕਮੇਟੀ ਦੇ ਮੈਂਬਰ ਜਸਵੀਰ ਸਿੰਘ ਨੇ ਦੱਸਿਆ ਕਿ 2008 ਵਿੱਚ ਜਦੋਂ ਤਤਕਾਲੀ ਕੇਂਦਰੀ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਲਈ ਵਿਦੇਸ਼ ਪੱਧਰ ਤੇ ਭਾਰਤ ਪਾਕਿਸਤਾਨ ਵਿਚਕਾਰ ਚੱਲ ਰਹੀ ਵਾਰਤਾ ਦੀ ਤਿਆਰੀ ਕਰਨ ਲਈ ਡੇਰਾ ਬਾਬਾ ਨਾਨਕ ਸਰਹੱਦ ਤੇ ਆਉਣ ਦਾ ਪ੍ਰੋਗਰਾਮ ਬਣਾਇਆ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਪੁਲਿਸ ਤੋਂ ਕਮਰੇ ਵਿੱਚ ਉਹਨਾਂ ਨੂੰ ਬੰਦ ਕਰਵਾ ਦਿੱਤਾ ਸੀ। ਉਹਨਾਂ ਆਖਿਆ ਕਿ ਬਾਦਲਾਂ ਨੇ ਗੁਰਦੁਆਰਾ ਕਰਤਾਰਪੁਰ ਦੇ ਲਾਂਘੇ ਲਈ ਕਦੇ ਕੋਈ ਯਤਨ ਨਹੀਂ ਕੀਤਾ। ਪੰਜਾਬ ਪੁਲਿਸ ਨੇ ਪਿਛਲੇ ਦਿਨੀ ਅੰਮ੍ਰਿਤਸਰ ਦੇ ਅਦਲੀਵਾਲਾ ਪਿੰਡ ਦੇ ਨਿਰੰਕਰੀ ਭਵਨ ਵਿੱਚ ਹੋਏ ਬੰਬ ਧਮਾਕੇ ਦੇ ਦੂਜੇ ਦੋਸ਼ੀ ਅਵਤਾਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ। DGP ਸੁਰੇਸ਼ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਵਤਾਰ ਸਿੰਘ ਕੋਲੋਂ ਵਾਰਦਾਤ ਵੇਲੇ ਵਰਤਿਆ ਗਿਆ ਹਥਿਆਰ ਵੀ ਬਰਾਮਦ ਹੋਇਆ ਤੇ ਨਾਲ ਹੀ 32 ਬੋਰ ਦੀ ਪਿਸਤੌਲ ਤੇ 25 ਕਾਰਤੂਸ ਮਿਲੇ ਨੇ। DGP ਨੇ ਖੁਲਾਸਾ ਕੀਤਾ ਕਿ ਇਸ ਸਾਜਿਸ਼ ਵਿੱਚ ਪਰਮਜੀਤ ਸਿੰਘ ਬਾਬਾ ਵੀ ਸ਼ਾਮਲ ਸੀ। ਉਹਨਾਂ ਦੱਸਿਆ ਕਿ ਬਿਕਰਮਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਹੁਣ ਅਵਤਾਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਦਾ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਹੀਂ। ਉਹਨਾਂ ਆਖਿਆ ਕਿ ਵੱਖਵਾਦੀਆਂ ਨੇ ਵਰਗਲਾ ਕੇ ਨੌਜਵਾਨਾਂ ਨੂੰ ਇਸ ਵਾਰਦਾਤ ਲਈ ਵਰਤਿਆ। DGP ਅਰੋੜਾ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਪਾਕਿਸਤਾਨ ਦੇ ISI ਦੀ ਹਿਮਾਇਤ ਪ੍ਰਾਪਤ KLF ਦੇ ਹਰਪ੍ਰੀਤ ਸਿੰਘ ਹੈਪੀ ਔਰ PhD ਨਾਲ ਵੀ ਸੰਬੰਧ ਹੋਣ ਦੇ ਇਸ਼ਾਰਿਆਂ ਤੇ ਚੱਲਣ ਵਾਲੇ ਤੇ ਪੰਜਾਬ ਆਧਾਰਿਤ ਵੱਖਵਾਦੀ ਧੜਿਆਂ ਦੇ ਸਭ ਤੋਂ ਸਰਗਰਮ ਮੈਂਬਰ ਸਨ। ਉਹਨਾਂ ਆਖਿਆ ਕਿ ਮੁੱਢਲੀ ਜਾਂਚ ਦੌਰਾਨ ਅਵਤਾਰ ਸਿੰਘ ਨੇ ਇਹ ਤੱਥ ਕਬੂਲਿਆ ਕਿ ਉਸਦੇ ਮਾਮੇ ਦਾ ਮੁੰਡਾ ਪਰਮਜੀਤ ਸਿੰਘ ਬਾਬਾ ਵਾਸੀ ਬਡਾਲਾ ਪੁਲਿਸ ਥਾਣਾ ਬਿਆਸ ਇਟਲੀ ਰਹਿੰਦਾ ਹੈ। ਪਰਮਜੀਤ ਸਿੰਘ ਦਾ ਵੱਡਾ ਭਰਾ ਸਰਬਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਿਪਾਹੀ ਸੀ ਤੇ ਉਹ KLF ਧੜੇ ਵਿੱਚ ਸ਼ਾਮਲ ਹੋ ਗਿਆ, ਪਰ ਸਰਬਜੀਤ ਸਿੰਘ 1992 ਵਿੱਚ ਬਿਆਸ ਨੇੜੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਅਵਤਾਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤੇ ਬੁਲਟ ਪਰੂਫ ਗੱਡੀ ਵਿੱਚ ਮੁਲਜ਼ਮ ਨੂੰ ਲਿਆਂਦਾ ਜਿਸ ਦੇ ਚਿਹਰੇ ਤੇ ਸਫੈਦ ਰੁਮਾਲ ਬੰਨਿਆ ਹੋਇਆ ਸੀ। ਉਸ ਦਾ 7 ਦਿਨਾਂ ਪੁਲਿਸ ਰਿਮਾਂਡ ਮਿਲਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਾਈਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਥਕ ਧਿਰਾਂ ਵੱਲੋਂ ਬਰਗਾੜੀ ਵਿੱਚ ਲਾਏ ਗਏ ਇਨਸਾਫ਼ ਮੋਰਚੇ ਵੱਲੋਂ ਅੱਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵੱਡਾ ਧਾਰਮਿਕ ਸਮਾਗਮ ਕੀਤਾ ਜਾ ਰਿਹਾ। ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਬਠਿੰਡਾ ਕੋਟਕਪੂਰਾ ਹਾਈਵੇ ਦਾ ਰੂਟ ਵੀ ਤਬਦੀਲ ਕੀਤਾ ਹੈ। ਫਰੀਦਕੋਟ ਤੋਂ ਬਠਿੰਡਾ ਜਾਣ ਵਾਲਿਆਂ ਨੂੰ ਜੈਤੋ ਤੋਂ ਵਾਇਆ ਭਗਤਾ ਬਠਿੰਡਾ ਜਾਣਾ ਪਏਗਾ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਖਹਿਰਾ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਰਹੇ। ਬਰਗਾੜੀ ਵਿੱਚ ਇਸ ਤੋਂ ਪਹਿਲਾਂ 7 ਅਕਤੂਬਰ ਤੇ 14 ਅਕਤੂਬਰ ਨੂੰ 2 ਸਮਾਗਮ ਹੋ ਚੁੱਕੇ ਹੈ, ਜਿੱਥੇ ਸੰਗਤਾਂ ਦਾ ਇਕੱਠ ਸਰਕਾਰ ਦੇ ਅੰਦਾਜ਼ੇ ਨਾਲੋਂ ਵੱਧ ਸੀ। ਬਰਗਾੜੀ ਦੇ ਆਸ-ਪਾਸ 15 ਪੁਲਿਸ ਨਾਕੇ ਲਾਏ ਗਏ ਨੇ। ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਸਿੱਖ ਕੌਮ ਦਾ 6ਵਾਂ ਤਖ਼ਤ ਬਣਾਉਣ ਦੇ ਸੁਝਾਅ ਨੂੰ ਰੱਦ ਕੀਤਾ ਤੇ ਆਖਿਆ ਕਿ ਇਸ ਨੂੰ ਤਖ਼ਤ ਸਹਿਬਾਨ ਦੀ ਮਹੱਤਤਾ ਨੂੰ ਘਟਾਉਣ ਦੀ ਸਾਜਿਸ਼ ਕਰਾਰ ਦਿੰਦਿਆਂ ਉਹਨਾਂ ਆਖਿਆ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦੇ ਸਾਹਮਣੇ ਇਸ ਨੂੰ ਰੱਖਿਆ ਤੇ ਉਹਨਾਂ ਨੇ ਸੰਗਤ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਇਸ ਸੁਝਾਅ ਨੂੰ ਪ੍ਰਵਾਨ ਦਿੱਤੇ ਜਾਣ ਦਾ ਦਾਅਵਾ ਕੀਤਾ ਸੀ। ਦਮਦਮੀ ਟਕਸਾਲ ਦੇ ਮੁਖੀ ਨੇ ਆਖਿਆ ਕਿ ਇਹ ਸੁਝਾਅ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਇਤਿਹਾਸਕ ਮਹੱਤਤਾ ਤੇ ਰੁਤਬੇ ਨੂੰ ਸੱਟ ਮਾਰਨ ਵਾਲਾ ਹੈ। ਉਹਨਾਂ ਆਖਿਆ ਕਿ 5 ਤਖ਼ਤਾਂ ਦੇ ਬਰਾਬਰ ਕਿਸੇ ਹੋਰ ਤਖ਼ਤ ਨੂੰ ਖੜਾ ਕਰਨਾ ਤਖ਼ਤ ਸਾਹਿਬਾਨ ਦੇ ਰੁਤਬੇ ਨੂੰ ਘਟਾਉਣ ਦੀ ਸਾਜਿਸ਼ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਸਰਨਾ ਵੱਲੋਂ ਨਨਕਾਣਾ ਸਾਹਿਬ ਨੂੰ 6ਵਾਂ ਤਖ਼ਤ ਐਲਾਨਣ ਦੇ ਬਿਆਨ ਨੂੰ ਸਿੱਖ ਕੌਮ ਨੂੰ ਇੱਕ ਨਵੇਂ ਵਿਵਾਦ ਵਿੱਚ ਪਾਉਣ ਦੇ ਯਤਨ ਵਜੋਂ ਦੇਖਦਿਆਂ ਆਖਿਆ ਕਿ ਉਹ ਕੌਮ ਅੰਦਰ ਬੇਲੋੜੀ ਦੁਬਧਾ ਪਾ ਰਹੇ ਹੈ ਤੇ ਸਿੱਖ ਕੌਮ ਦੀਆਂ ਮਹਾਨ ਪਰੰਪਰਾਵਾਂ ਤੇ ਰਵਾਇਤਾਂ ਨੂੰ ਬਦਲਣ ਦਾ ਕਿਸੇ ਨੂੰ ਹੱਕ ਨਹੀਂ। ਆਉਂਦੀਆਂ ਲੋਕ ਸਭਾ ਚੋਣਾਂ ਲਈ ਗੁਰਦਿੱਤ ਸਿੰਘ ਸੇਖੋਂ ਦੇ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣ ਦੀਆਂ ਕਾਫੀ ਸੰਭਾਵਨਾ ਹੈ। ਹਾਲਾਂਕਿ ਪਾਰਟੀ ਨੇ ਇਸ ਦਾ ਰਸਮੀ ਐਲਾਨ ਨਹੀਂ ਕੀਤਾ, ਪਰ ਕੋਰ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਉਧਰ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਸੁਖਪਾਲ ਖਹਿਰਾ ਨੇ ਵੀ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਨ ਲਈ ਕਮਰ ਕੱਸ ਲਏ ਨੇ। ਖਹਿਰਾ ਦੇ ਮੀਡੀਆ ਇੰਚਾਰਜ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਤਕੜਾ ਸਹਿਯੋਗ ਮਿਲ ਰਿਹਾ ਤੇ ਦਸੰਬਰ ਮਹੀਨੇ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਆਉਣਗੇ। ਇਸ ਦੌਰਾਨ ਪਟਿਆਲਾ ਤੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਵਲੰਟੀਅਰ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਸੇਖੋਂ ਨੇ ਕਿਹਾ ਕਿ ਪਾਰਟੀ ਉਹਨਾਂ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਉਣ ਦੀ ਇੱਛੁਕ ਹੈ ਤੇ ਇਸ ਲਈ ਉਹ ਤਿਆਰ ਨੇ। ਅਧਿਆਪਕਾਂ ਵੱਲੋਂ ਸਾਂਝੇ ਮੋਰਚੇ ਦੀ ਬੈਨਰ ਹੇਠਾਂ ਪਟਿਆਲੇ ਵਿੱਚ 59ਵੇਂ ਦਿਨ ਨੂੰ ਧਰਨਾ ਕਰ ਗਿਆ। ਪੱਕੇ ਮੋਰਚੇ ਵਿੱਚ ਮੁਕਤਸਰ ਅਤੇ ਮਾਨਸਾ ਜ਼ਿਲ੍ਹੇ ਤੋਂ ਆਏ ਅਧਿਆਪਕਾਂ ਨੇ ਸਿੱਖਿਆ ਸਕੱਤਰ ਦੀਆਂ ਚਾਲਾਂ ਵਿਰੁੱਧ ਡਟਣ ਦਾ ਆਹਦ ਲਿਆ ਤੇ ਉਹਨਾਂ ਆਖਿਆ ਕਿ ਸਰਕਾਰੀ ਨੀਤੀਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਕਮਰ ਕੱਸੇ ਕੱਸ ਚੁੱਕੇ ਨੇ। ਪਟਿਆਲਾ ਪੁਲਿਸ ਨੇ ਪਾਤੜਾਂ ਦੀ ਅਨਾਜ ਮੰਡੀ ਵਿੱਚ ਆੜ੍ਹਤੀ ਦੇ ਮੁਨੀਮ ਦੇ ਕਤਲ ਕਰਨ ਤੋਂ ਬਾਅਦ 2,51,000 ਰੁਪਏ ਦੇ ਕੈਸ਼ ਲੁੱਟਣ ਦੇ ਦੋਸ਼ੀ ਵਿੱਚ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ। 24 ਘੰਟਿਆਂ ਵਿੱਚ ਇਸ ਵਾਰਦਾਤ ਨੂੰ ਹੱਲ ਕਰ ਲਿਆ ਗਿਆ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਅਨਾਜ ਮੰਡੀ ਵਿੱਚ ਮਲਕੀਤ ਸਿੰਘ ਦੀ ਆੜ੍ਹਤੀ ਦੁਕਾਨ ਤੇ ਮੁਨੀਮ ਦੇ ਤੌਰ ਤੇ ਕੰਮ ਕਰਦੇ 40 ਸਾਲ ਹੇਸ਼ਮਾ ਰਾਮ ਦਾ ਕੱਲ ਕਤਲ ਕਰ ਦਿੱਤਾ ਗਿਆ ਤੇ 2,51,000 ਰੁਪਏ ਦੀ ਰਕਮ ਲੁੱਟ ਲਈ। ਇਸ ਮਾਮਲੇ ਨੂੰ ਹੱਲ ਕਰਨ ਲਈ ਟੀਮਾਂ ਬਣਾਈਆਂ ਗਈਆਂ ਤੇ ਟੀਮ ਦੀ ਮੁਸਤੈਦੀ ਨਾਲ ਕੰਮ ਕਰਨ ਤੇ ਕੇਸ ਨੂੰ ਹੱਲ ਕਰ ਦਿੱਤਾ ਗਿਆ। ਵਿਸ਼ਵ ਹਿੰਦੂ ਪਰਿਸ਼ਦ ਦੀ ਅੱਜ ਹੋਣ ਵਾਲੀ ਧਰਮ ਸਭਾ ਵਿੱਚ ਇੱਕ ਵੱਡਾ ਸਵਾਲ ਉੱਠਿਆ ਜਾਏਗਾ। ਅਯੋਧਿਆ ਵਿੱਚ ਹਜ਼ਾਰਾਂ ਸ਼ਿਵ ਸੈਨਿਕਾਂ ਦੀ ਮੌਜੂਦਗੀ ਵਿੱਚ ਪਾਰਟੀ ਦੇ ਮੁਖੀ ਉਧਵ ਠਾਕਰੇ ਨੇ ਮੋਦੀ ਅਤੇ ਯੋਗੀ ਦੀਆਂ ਸਰਕਾਰਾਂ ਤੋਂ ਪੁੱਛਿਆ ਕਿ ਰਾਮ ਮੰਦਿਰ ਦੀ ਉਸਾਰੀ ਕਦੋਂ ਹੋਏਗੀ, ਇਸ ਦੀ ਤਰੀਕ ਚਾਹੀਦੀ ਹੈ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੋਟਬੰਦੀ ਵਰਗਾ ਫੈਸਲਾ ਲੈਣ, ਸੁਪਰੀਮ ਫੈਸਲੇ ਤੋਂ ਪਹਿਲਾਂ ਸਰਕਾਰ ਸੰਸਦ ਵਿੱਚ ਬਿੱਲ ਲਿਆਵੇ ਤੇ ਨੋਟੀਫਿਕੇਸ਼ਨ ਤੋਂ ਮੰਦਿਰ ਦਾ ਰਾਹ ਸਾਫ਼ ਕਰੇ। ਸ਼ਿਵ ਸੈਨਾ ਸਾਥ ਦੇਵੇਗੀ। ਕੱਲ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਸਣੇ ਹੋਰ ਹਿੰਦੂ ਨੇਤਾ ਵੀ ਕਾਨੂੰਨ ਲੈ ਕੇ ਮੰਦਿਰ ਦੀ ਗੱਲ ਕਰਦੇ ਨਜ਼ਰ ਆਏ। ਰਾਮਦੇਵ ਨੇ ਆਖਿਆ ਕਿ ਲੋਕਾਂ ਦੇ ਸਬਰ ਦਾ ਬੰਨ ਟੁੱਟ ਰਿਹਾ ਤੇ ਸਰਕਾਰ ਕਾਨੂੰਨ ਲਿਆ ਕੇ ਰਾਮ ਮੰਦਿਰ ਬਣਵਾਏ, ਨਹੀਂ ਤਾਂ ਲੋਕ ਖੁਦ ਮੰਦਿਰ ਬਣਾਉਣ ਲੱਗਣਗੇ। ਅਯੋਧਿਆ ਵਿੱਚ ਅੱਜ ਵਿਸ਼ਵ ਹਿੰਦੂ ਪਰਿਸ਼ਦ ਦੀ ਧਰਮ ਸਭਾ ਅਯੋਧਿਆ ਦੇ ਮੁੱਖ ਦੁਆਰ ਤੋਂ ਮਹਿਜ 2 ਕਿਲੋਮੀਟਰ ਤੇ ਦੂਰੀ ਤੇ ਹੋਏਗੀ, ਜਿੱਥੇ 2.5 ਲੱਖ ਲੋਕ ਤੇ 100 ਤੋਂ ਜ਼ਿਆਦਾ ਵੱਡੇ ਸੰਤ ਸਮਾਜ ਤੇ ਆਰਐਸਐਸ ਦੇ ਨਾਮੀ ਆਗੂ ਮੌਜੂਦ ਰਹਿਣਗੇ। 3,000 ਤੋਂ ਵੱਧ ਸ਼ਿਵ ਸੈਨਿਕ ਮਹਾਰਾਸ਼ਟਰ ਤੋਂ ਪਹਿਲਾਂ ਪਹੁੰਚ ਗਏ ਨੇ। 70,000 ਜਵਾਨ
ਸੁਰੱਖਿਆ ਦੇ ਲਈ ਲਾਏ ਗਏ ਨੇ। ਧਾਰਾ 144 ਲਾ ਕੇ ਬੈਰੀਕੇਡਿੰਗ ਲਾ ਦਿੱਤੀ ਹੈ ਤੇ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ। RSS ਦੇ ਮੁਖੀ ਮੋਹਨ ਭਾਗਵਤ ਨੇ ਆਖਿਆ ਕਿ ਰਾਮ ਮੰਦਿਰ ਨੂੰ ਨਾ ਤਾਂ ਟਾਲਿਆ ਜਾ ਸਕਦਾ ਤੇ ਨਾ ਕੋਈ ਰੋਕ ਸਕਦਾ ਹੈ। ਉਹਨਾਂ ਆਖਿਆ ਕਿ ਹਿੰਦੂ ਸੰਤ ਜਿਹੜੇ ਵੀ ਕੰਮ ਯੋਜਨਾ ਤੈਅ ਕਰਨਗੇ ਅਸੀਂ ਉਹਨਾਂ ਦੇ ਨਾਲ ਹੈ, ਸਰਕਾਰ ਭਾਵਨਾ ਦੇ ਨਾਲ ਸਨਮਾਨ ਕਰੇ। ਇਕਬਾਲ ਅੰਸਾਰੀ ਜੋ ਸੁਪਰੀਮ ਕੋਰਟ ਵਿੱਚ ਕੇਸ ਦੇ ਪੱਖਪਾਤ ਕਰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਮੰਦਿਰ ਮਸਜਿਦ ਦੀ ਗੱਲ ਕਰਨ ਵਾਲਿਆਂ ਨੂੰ ਲਖਨਊ ਜਾਂ ਦਿੱਲੀ ਜਾਣਾ ਚਾਹੀਦਾ, ਅਯੋਧਿਆ ਵਿੱਚ ਰਹਿਣ ਵਾਲਿਆਂ ਨੂੰ ਸਕੂਨ ਮਿਲਣਾ ਚਾਹੀਦਾ। ਅਯੋਧਿਆ ਵਿੱਚ ਸਮਾਗਮ ਦੇ ਚਲਦਿਆਂ ਚਰਚਾ ਦਾ ਕੇਂਦਰ ਬਣੀ ਅਯੋਧਿਆ ਤੇ ਅੱਤਵਾਦੀ ਖਤਰਾ ਮੰਡਰਾ ਰਿਹਾ ਹੈ। ਯੂਪੀ ਪੁਲਿਸ ਨੂੰ IB ਤੋਂ ਅਲਰਟ ਮਿਲਿਆ ਕਿ ਅੱਜ ਹੋਣ ਵਾਲੀ ਇਸ ਧਰਮ ਸਭਾ ਵਿੱਚ ਦਹਿਸ਼ਤਗਰਦੀ ਹਮਲਾ ਹੋ ਸਕਦਾ ਹੈ। IB ਦੇ ਅਲਰਟ ਤੋਂ ਬਾਅਦ ਯੂਪੀ ਪੁਲਿਸ ਦੇ ਅਫਸਰਾਂ ਨੇ ਸਰਗਰਮੀ ਹੋਰ ਵਧਾ ਦਿੱਤੀ। ATS ਦੇ ਕਮਾਂਡੋ ਟੀਮ ਤੋਂ ਇਲਾਵਾ ਜਗ੍ਹਾ ਜਗ੍ਹਾ ਤੇ ਸਪੋਟਰ ਤੈਨਾਤ ਕੀਤੇ ਹੈ। ਅਯੋਧਿਆ ਤੇ ਆਸ ਪਾਸ ਦੇ ਜ਼ਿਲ੍ਹਿਆਂ ਤੇ ਹਰ ਧਰਮਸ਼ਾਲਾ, ਸਰਾਹ, ਹੋਟਲ ਤੇ ਗੈਸਟ ਹਾਊਸ ਚੈੱਕ ਕੀਤੇ ਜਾ ਰਹੇ ਨੇ। ਭਾਰਤੀ ਮੁੱਕੇਬਾਜ਼ MC ਮੈਰੀ ਕੌਮ ਨੇ ਆਪਣੇ ਤਜਰਬੇ ਦੇ ਜ਼ੋਰ ਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਯੂਕਰੇਨ ਦੀ ਹਾਨਾ ਅਖੈਟਾ ਨੂੰ 5-0 ਨਾਲ ਹਰਾ ਕੇ 6ਵਾਂ ਸੋਨ ਤਗਮਾ ਆਪਣੀ ਝੋਲੀ ਪਾਇਆ ਹੈ। ਜਦਕਿ ਸੋਨੀਆ ਨੂੰ ਹਰਾ ਕੇ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ। ਮੈਰੀ ਨੇ 6ਵੀਂ ਵਾਰ ਵਿਸ਼ਵ ਚੈਂਪੀਅਨ ਬਣ ਕੇ ਕਿਊਬਾ ਦੇ ਮਹਾਨ ਪੁਰਸ਼ ਮੁੱਕੇਬਾਜ਼ ਫਲੈਕਸ ਸਵੈਨ ਦੀ ਬਰਾਬਰੀ ਕਰ ਲਈ, ਜੋ ਵਿਸ਼ਵ ਚੈਂਪੀਅਨਸ਼ਿਪ ਵਿੱਚ 6 ਖਿਤਾਬੀ ਜਿੱਤ ਚੁੱਕੀ ਹੈ। ਇਸ ਤੋਂ ਪਹਿਲਾਂ ਉਹ ਆਇਰਲੈਂਡ ਦੀ ਕੇਟੀ ਟੇਲਰ ਨਾਲ ਬਰਾਬਰੀ ਤੇ ਸੀ, ਜੋ 5 ਵਾਰ ਵਿਸ਼ਵ ਚੈਂਪੀਅਨ ਰਹਿ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਰੀ ਕੌਮ ਨੂੰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਰਿਕਾਰਡ 6ਵਾਂ ਸੋਨ ਤਗਮਾ ਜਿੱਤਣ ਤੇ ਵਧਾਈ ਦਿੰਦਿਆਂ ਆਖਿਆ ਕਿ ਉਹ ਮੈਰੀ ਕੌਮ ਦੀ ਉਪਲਬਧੀ ਨੂੰ ਮਾਣ ਮੱਤੇ ਦੱਸਦਿਆਂ ਹੋਇਆਂ ਉਹਨਾਂ ਨੇ ਜਿੰਨੀ ਮਿਹਨਤ ਕੀਤੀ ਹੈ ਉਹ ਬੇਹੱਦ ਪ੍ਰੇਰਣਾਦਾਇਕ ਹੈ ਤੇ ਉਸ ਦੀ ਜਿੱਤ ਅਸਲ ਵਿੱਚ ਖਾਸ ਹੈ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਕੱਲ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।